ਮੰਤਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਜਾਰੀ ਸਵੱਛ ਭਾਰਤ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਇਸ ਮਹੀਨੇ ਕਲੀਨ ਇੰਡੀਆ ਮੁਹਿੰਮ ਚਲਾਈ ਗਈ ਹੈ ਉਸੇ ਦੌਰਾਨ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅੱਜ ਬੁਢਾਡਾ ਵਿਖੇ ਯੂਥ ਕਲੱਬਾਂ ਨੂੰ ਨਾਲ ਲੈ ਕੇ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਾਡੇ ਬੁਢਾਡਾ ਸਬ ਡਿਵੀਜ਼ਨ ਦੇ ਮੈਜਿਸਟ੍ਰੇਟ ਸ਼੍ਰੀ ਕਾਲਾਰਾਮ ਕਾਂਸਲ ਜੀ ਅਤੇ ਹੋਰ ਅਧਿਕਾਰੀ ਵੀ ਪੁੱਜੇ ਹੋਏ ਨੇ ਅਤੇ ਇਸ ਮੁਹਿੰਮ ਦੌਰਾਨ ਨੌਜਵਾਨਾਂ ਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੇ ਘਰ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰੋਗੇ ਜੇਕਰ ਤੁਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖੋਗੇ ਤਾਂ ਹੀ ਅਸੀਂ ਇਸ ਨੂੰ ਲੋਕਾਂ ਤੱਕ ਲੈ ਕੇ ਜਾ ਸਕਾਂਗੇ ਸੋ ਸਾਡੇ ਦਰਮਿਆਨ ਮੌਜੂਦ ਨੇ ਐਸ ਡੀ ਐਮ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਅੱਜ ਜੋ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਲੀਨ ਇੰਡੀਆ ਕੰਪੇਨ ਜੋ ਸਰਕਾਰ ਵੱਲੋਂ ਚਲਾਈ ਗਈ ਹੈ ਉਹਦੇ ਤਹਿਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਸ਼ਿਵ ਸ਼ਕਤੀ ਭਵਨ ਹੁਨਰਾ ਦੇ ਵਿਖੇ ਇਹਦੇ ਵਿੱਚ ਜੋ ਪਿੰਡਾਂ ਤੋਂ ਆਏ ਨੇ ਆਪਣੇ ਯੂਥ ਕਲੱਬ ਅਤੇ ਸ਼ਹਿਰ ਦੇ ਯੂਥ ਕਲੱਬ ਉਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ ਅਤੇ ਇਹਦੇ ਵਿੱਚ ਜੋ ਸਾਡੇ ਸਮਾਜਿਕ ਸੰਸਥਾਵਾਂ ਨੇ ਆਸਰਾ ਫਾਊਂਡੇਸ਼ਨ ਮਾਤਾ ਸੁੰਦਰੀ ਟਰੱਸਟ ਮਾਤਾ ਗੁਜਰੀ ਟਰੱਸਟ ਅਤੇ ਉਹ ਨੇਕੀ ਫਾਊਂਡੇਸ਼ਨ ਉਹਨਾਂ ਦੇ ਅਹੁਦੇਦਾਰ ਵੀ ਸ਼ਾਮਿਲ ਹੋਏ ਨੇ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਸੀਗਾ ਯੂਥ ਕਲੱਬਾਂ ਦੇ ਜਿਹੜੇ ਪ੍ਰਧਾਨ ਨੇ ਸੈਕਟਰੀ ਨੇ ਜਾਂ ਹੋਰ ਅਹੁਦੇਦਾਰ ਨੇ ਉਹਨਾਂ ਨੇ ਬੜਾ ਗਰਮਜੋਸ਼ੀ ਦੇ ਨਾਲ ਇਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਉਹ ਆਪਣੇ ਘਰ ਤੋਂ ਸ਼ੁਰੂ ਕਰਕੇ ਆਪਣੇ ਪਿੰਡ ਨੂੰ ਆਪਣੇ ਵਾਰਡ ਨੂੰ ਸਫਾਈ ਉਹਦੀ ਕਰਨਗੇ ਅਤੇ ਕਲੀਨ ਇੰਡੀਆ ਕੰਪੇਨ ਹੈ ਜਿਹੜੀ ਉਹਨੂੰ ਸਕਸੈਸਫੁਲ ਬਣਾਉਂਦੇ ਸਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਤੋਂ ਪਹਿਲਾਂ ਵੀ ਜਾਗਰੂਕ ਕੀਤਾ ਗਿਆ ਵੀ ਉਸ ਦੇ ਤੁਹਾਨੂੰ ਕਿਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਹੋਏ ਲੋਕ ਵੈਸੇ ਇਹਨੂੰ ਬੜਾ ਐਪਰੀਸ਼ੀਏਟ ਕਰ ਰਹੇ ਨੇ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ ਅਤੇ ਇਹਨੂੰ ਮੁਹਿੰਮ ਨੂੰ ਸਕਸੈਸਫੁਲ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਵਾਸਤੇ ਹੈ ਉਹਨਾਂ ਦੀ ਸਿਹਤ ਵਾਸਤੇ ਹੈ ਉਹਨਾਂ ਦੀ ਸਫਾਈ ਵਾਸਤੇ ਹੈ ਇਹਦਾ ਫਾਇਦਾ ਸਮਾਜ ਨੂੰ ਹੀ ਹੋਣਾ ਇਸ ਕਰਕੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਨੇ ਅਤੇ ਇਹਦੇ ਵਿੱਚ ਗਰਮਜੋਸ਼ੀ ਦੇ ਨਾਲ ਪਾਰਟੀਸਪੇਟ ਕਰਕੇ ਇਹਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਪੂਰੀ ਮਦਦ ਕਰ ਰਹੇ ਨੇ ਸੋ ਐਸ ਡੀ ਐਮ ਸਾਹਿਬ ਦਾ ਕਹਿਣਾ ਹੈ ਕਿ ਇਸ ਵਿੱਚ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਲੋਕ ਸਹਿਯੋਗ ਵੀ ਕਰ ਰਹੇ ਨੇ ਸਾਡੇ ਦਰਮਿਆਨ ਮੌਜੂਦ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਜੀ ਉਹਨਾਂ ਨਾਲ ਇਸ ਪੂਰੀ ਮੁਹਿੰਮ ਬਾਰੇ ਗੱਲਬਾਤ ਕਰਦੇ ਹਾਂ ਮੈਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਵੱਛ ਭਾਰਤ ਅਭਿਆਨ ਕਾਫੀ ਟਾਈਮ ਤੋਂ ਚੱਲਦਾ ਪਿਆ ਸਾਡੇ ਦੇਸ਼ 'ਚ ਔਰ ਉਹਦੇ ਨਾਲ ਕਾਫੀ ਜਾਗਰੂਕਤਾ ਆਈ ਹੈ ਲੇਕਿਨ ਇਹਦੇ ਨਾਲ ਨਾਲ ਸਾਨੂੰ ਟਾਈਮ ਟੂ ਟਾਈਮ ਦੁਬਾਰਾ ਐਸੇ ਪੈਰਲਲ ਪ੍ਰੋਗਰਾਮ ਚਲਾਉਣੇ ਪੈਣਗੇ ਕਲੀਨ ਇੰਡੀਆ ਪ੍ਰੋਗਰਾਮ ਹੋ ਗਿਆ ਜਿਵੇਂ ਤਾਂ ਕਿ ਲੋਕ ਵਾਰ ਵਾਰ ਅਵੇਅਰ ਹੋਣ ਔਰ ਤਾਂ ਕਿ ਕਿਉਂਕਿ ਇਹ ਬਹੁਤ ਹੀ ਸਲੋ ਪ੍ਰੋਸੈਸ ਹੈ ਲੋਕਾਂ ਨੂੰ ਜਾਗਰੂਕ ਕਰਨਾ ਪਏਗਾ ਇਹਦੇ ਬਾਰੇ ਅਤੇ ਲੋਕ ਜਾਗਰੂਕ ਹੋ ਵੀ ਰਹੇ ਨੇ ਅਤੇ ਇਵੇਂ ਹੀ ਵੱਧ ਚੜ੍ਹ ਕੇ ਅਸੀਂ ਪ੍ਰੋਗਰਾਮ ਕਰਦੇ ਰਹਾਂਗੇ ਅਤੇ ਲੋਕ ਹੋਰ ਜਾਗਰੂਕ ਹੋਣਗੇ ਔਰ ਆਪਣਾ ਆਲੇ ਦੁਆਲੇ ਹਰ ਜਗ੍ਹਾ ਸਾਫ਼ ਰੱਖਣਗੇ ਤਾਂ ਕਿ ਦੇਸ਼ ਸਾਫ਼ ਹੋ ਸੋ ਇਸ ਦੇ ਨਾਲ ਹੀ ਸਾਡੇ ਕੋਲ ਮੌਜੂਦ ਨੇ ਨਹਿਰੂ ਯੁਵਾ ਕੇਂਦਰ ਦੇ ਹੀ ਸਹਾਇਕ ਕੋਆਰਡੀਨੇਟਰ ਸ਼੍ਰੀ ਸੰਦੀਪ ਕੰਡ ਜੀ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਪੂਰੀ ਮੁਹਿੰਮ ਤਹਿਤ ਕਿਹੜੇ ਕਿਹੜੇ ਵਰਗਾਂ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਜਾਂ ਜਾਗਰੂਕ ਕੀਤਾ ਗਿਆ ਇਹ ਸਵਰਨ ਜੀ ਜੋ ਕਲੀਨ ਇੰਡੀਆ ਮੁਹਿੰਮ ਸਮੁੱਚੇ ਭਾਰਤ ਦੇ 744 ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ ਇਹ ਇੱਕ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਵਿੱਚ ਹਰੇਕ ਵਰਗ ਨੂੰ ਸ਼ਾਮਿਲ ਕੀਤਾ ਗਿਆ ਜਿਸ ਤਰ੍ਹਾਂ ਪਹਿਲੇ ਦੋ ਦਿਨ ਸੀ ਧਾਰਮਿਕ ਸੰਸਥਾਵਾਂ ਲਈ ਰੱਖੇ ਗਏ ਸੀ ਉਸ ਤੋਂ ਬਾਅਦ ਕਾਰਪੋਰੇਟ ਖੇਤਰ ਜਿਹੜੇ ਉਦਯੋਗਿਕ ਖੇਤਰ ਨੇ ਮਾਨਸਾ ਜ਼ਿਲ੍ਹੇ 'ਚ ਬੇਸ਼ੱਕ ਬਹੁਤੇ ਵੱਡੇ ਉਦਯੋਗ ਖੇਤਰ ਨਹੀਂ ਪਰ ਫਿਰ ਵੀ ਕਈ ਉਦਯੋਗ ਖੇਤਰਾਂ ਨੇ ਸਾਥ ਦਿੱਤਾ ਅੱਜ ਦਾ ਦਿਨ ਹੈ ਜਿਹੜਾ ਇਹ ਖਿਡਾਰੀਆਂ ਲਈ ਜਿਹੜੇ ਰਾਸ਼ਟਰੀ ਜ਼ਿਲ੍ਹਾ ਪੱਧਰ ਦੇ ਖਿਡਾਰੀ ਹੈ ਉਹਨਾਂ ਲਈ ਸੀ ਅਤੇ ਅੱਜ ਤੁਸੀਂ ਦੇਖਿਆ ਖਿਡਾਰੀ ਇਹਦੇ ਵਿੱਚ ਕਿੰਨੇ ਵਧੀਆ ਭਾਗ ਲਿੱਤੇ ਅਤੇ ਉਹਨਾਂ ਨੇ ਸੰਜੀਦਗੀ ਨਾਲ ਇਸ ਮੁਹਿੰਮ ਨੂੰ ਅੱਗੇ ਤੋਰਨ ਦਾ ਪਰਨ ਲਿਆ ਇਸ ਤੋਂ ਇਲਾਵਾ ਅੱਗੇ ਜਿਹੜੇ ਆਉਣ ਵਾਲੇ ਦਿਨ ਹੈ ਉਹਦੇ ਵਿੱਚ ਵਪਾਰ ਮੰਡਲ ਹੈ ਜਿਹੜੇ ਉਹ ਨੇ ਸਮਾਜਿਕ ਸੰਸਥਾਵਾਂ ਨੇ ਖੇਡਾਂ ਅਤੇ ਉਹਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਵਿਭਾਗ ਨੇ ਰੋਟਰੀ ਕਲੱਬ ਹੈ ਪੰਜਾਬ ਪੁਲਿਸ ਹੈ ਉਹ ਸਾਰੇ ਵਿਭਾਗਾਂ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਇਸੇ ਦਰਮਿਆਨ ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਬਲਾਕ ਬੁਢਾਡਾ ਦੀਆਂ ਯੂਥ ਕਲੱਬਾਂ ਸ਼ਾਮਿਲ ਹੋਈਆਂ ਜੋ ਨੌਜਵਾਨ ਇਸ ਮੁਹਿੰਮ ਦੇ ਵਿੱਚ ਭਾਗ ਲੈ ਰਹੇ ਨੇ ਜਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਸ ਵਿੱਚ ਸ਼ਾਮਿਲ ਹੋ ਕੇ ਕੀ ਮਹਿਸੂਸ ਕੀਤਾ ਅਤੇ ਉਹ ਕਿਸ ਤਰ੍ਹਾਂ ਇਹਨਾਂ ਦਾ ਸਹਿਯੋਗ ਕਰਨਗੇ ਹਾਂਜੀ
मेरे वालों पहला सब तो बहुत सत्या मेरा नाम श्री जो ही है महाराजा रणजीत सिंह स्पोर्ट्स क्लब अमरीका तो असं लैंडी भगेंद्र थोड़े टाइम मिले हुए हैं तो इन्हों ने सूँ बढ़ेगा एमएस जिन्हें टैंस होगा सफाई बारे तो जो नौजवानों को गाइडनेस करनी या कुछ भी होर वधिया गाइडनेस कर रहे एनर्जी वा केंद्र वालों या जिन्होंने मीटिंग वास्ते बुलाया सू बढ़िया कुछ अच्छी सफाई तो अलावा सफाई सानू ना वधिया गल लगे जिमें समाज की सेवा करनी जिमें सही लड़कियों के विवाह कर रहे हैं भी छोटे प्रोग्राम तो बड़े तक ले जाना जी जिमें भुखे बंदे रोटी खिलाने कुछ भी करना जी ये सानू बहुत कुछ सीखने मिले सारा तो ही बहुत हस्तियों नाल मिले जिन्हों ने असं पहला कभी भी गलबात नहीं हो सकी सो इस क्लीन इंडिया प्रोग्राम नूं असीं इक तरह नाल सार्थक प्रोग्राम कह सकते हैं जिसने नौजवानों नूं संगठित करन दे विच इक वड्डा योगदान पाया। कैमरामैन विजय सिंह टोनी दे नाल मैं स्वरण सिंह राही बुलाडा। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।